ਡੀਸੀ ਖਰਬੰਦਾ ਵੱਲੋਂ ਬਿਆਸ ਦਰਿਆ ਮੰਡ ਏਰੀਆ ਦਾ ਕੀਤਾ ਦੌਰਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੰਡਾ ਪਿੰਡ ਨਾਲ ਲੱਗਦੇ 4 ਪਿੰਡਾਂ ਦੀ ਜ਼ਮੀਨ ਮੰਡ ਏਰੀਆ ਜਲਾਲਾਬਾਦ ਏਰੀਆ ਦੀ 2300 ਏਕੜ ਖੜ੍ਹੀ ਫਸਲ ਪਾਣੀ ਵਿੱਚ ਡੁੱਬੀ। ਮੌਕੇ 'ਤੇ ਪ੍ਰਸ਼ਾਸਨ ਨੇ ਪਹੁੰਚ ਕੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਿਸ਼ਵਾਸ ਕੀਤਾ। ਵੈਦਰ ਡਿਪਾਰਟਮੈਂਟ ਹੈ ਉਹ 1 ਜੁਲਾਈ ਤੋਂ ਜਿਹੜੇ ਸਾਨੂੰ ਪ੍ਰੋਡਿਕਸ਼ਨ ਕਰਦਾ ਮੌਨਸੂਨ ਸੂਜਨ ਜਿਹੜਾ 1 ਜੁਲਾਈ ਤੋਂ ਪ੍ਰੋਪਰ ਤੌਰ 'ਤੇ ਸ਼ੁਰੂ ਹੋਣ ਵਾਲਾ। ਤੋ ਅੱਜ ਅਸੀਂ ਇੱਕ ਪ੍ਰੀਵੈਂਸ਼ਨ ਦੇ ਤੌਰ 'ਤੇ ਜੋ ਸਾਡੇ ਜ਼ਿਲ੍ਹੇ 'ਚ ਤਰਨ ਤਾਰਨ ਵਿੱਚ ਜਿਹੜਾ ਦਰਿਆ ਬਿਆਸ ਲੰਘਦਾ ਖਡੂਰ ਸਾਹਿਬ ਤਾਂ ਹੁੰਦਾ ਹਰੀਕੇ ਪਹੁੰਚ ਕੇ ਡਾਊਨ ਸਟ੍ਰੀਮ ਪੱਟੀ ਤੋਂ ਅੱਗੇ ਜਾਂਦਾ ਮੁੱਠਿਆਂਵਾਲੀ ਤੱਕ ਜਾਂਦਾ। ਤੋ ਇੱਥੇ ਕਿਸਾਨ ਵੀਰਾਂ ਨੂੰ ਜੋ ਸਮੱਸਿਆ ਆਉਂਦੀਆਂ ਜਿਵੇਂ ਕਿ ਕਿਸੇ ਦੀ ਫਸਲ ਡੁੱਬੀ ਹੋਈ ਹੈ, ਗਿਰਦੌਰੀ ਨਹੀਂ ਹੋਈ, ਜਾਂ ਕਿਸੇ ਥਾਂ 'ਤੇ ਮੋਟਰਾਂ ਚਾਹੀਦੀਆਂ, ਕਿੱਥੇ ਕੋਈ ਪਹਾੜ ਪੈ ਗਿਆ ਹੈਗਾ ਉਹ ਥਾਂ 'ਤੇ, ਹੁਣ ਕਿਸੇ ਥਾਂ 'ਤੇ ਇਹਨਾਂ ਦੀ ਮੰਗ ਸੀਗੀ ਆਪਣਾ ਸੜਕ ਦਾ ਬੰਨ ਬਣਾਉਣਾ। ਅਸੀਂ ਸਾਰੀਆਂ ਮੌਕੇ 'ਤੇ ਕੁਛ ਨਰੇਗਾ 'ਚੋਂ ਅਸੀਂ ਹੈਲਪ ਕਰਾਈਆਂ, ਨਰੇਗਾ 'ਚੋਂ ਕੰਮ ਕਰਾਉਣ ਲੱਗੇ ਹਾਂ। ਜਿਹਨਾਂ ਦੀ ਕੋਈ ਫਸਲ ਗਿਰਦੌਰੀ 'ਚ ਨਹੀਂ ਲਿੱਤੀ ਗਈ ਉਹ ਪੁਰਾਣੀ ਜਿਹੜੀ ਕੋਈ ਮੁਆਵਜ਼ਾ ਰਹਿੰਦਾ ਉਹ ਵੀ ਅਸੀਂ ਦਵਾ ਦਾਂਗੇ। ਸੋ ਆਪਣਾ ਮੌਕੇ 'ਤੇ ਜਾ ਕੇ ਕਿਸਾਨਾਂ ਦਾ ਕੋਈ ਜੇ ਸਮੱਸਿਆ ਆਉਂਦੀ ਤਾਂ ਉਹ ਹੱਲ ਕਰਾਇਆ ਜਾਵੇ, ਇਹ ਪਰਪਸ ਮੇਨ ਸਾਡਾ ਸੀਗਾ। ਔਰ ਇਹਦੇ ਨਾਲ ਹੀ ਪੰਜਾਬ ਸਰਕਾਰ ਨੂੰ ਅਸੀਂ ਇੱਕ ਪ੍ਰੋਜੈਕਟ ਭੇਜਿਆ ਔਰ ਜਿਹੜਾ ਕਿ ਤਕਰੀਬਨ 6200 ਕਿੱਲਾ ਜ਼ਮੀਨ ਹੈ, ਇਹ 6200 ਕਿੱਲਾ ਜ਼ਮੀਨ ਹੈ ਔਰ 15-20 ਪਿੰਡ ਪੈਂਦੇ ਨੇ ਜਿਸ ਨੂੰ ਉਸ ਪ੍ਰੋਜੈਕਟ ਦਾ ਫਾਇਦਾ ਹੋਏਗਾ। 31 ਕਰੋੜ ਦਾ ਪ੍ਰੋਜੈਕਟ ਹੈ ਔਰ ਉਹ ਤਕਰੀਬਨ ਸੀ ਸ਼ੇਪ 'ਚ ਪੈਂਦਾ, ਮੁੰਡਾ ਪਿੰਡ ਹੋਇਆ, ਪਿਛਲਾ ਨਾਲ ਜੋਹਲ ਪਿੰਡ ਹੋਇਆ, ਇਹ ਸਾਰੇ ਇਲਾਕੇ ਨੇ। ਸੋ ਬਾਅਦ ਤੁਸੀਂ 6-7000 ਕਿੱਲਾ ਜਿਹੜਾ ਇਹਦਾ ਫਾਇਦਾ ਹੋਏਗਾ ਔਰ ਇਹ ਪ੍ਰੋਜੈਕਟ ਜਿਹੜਾ ਹੈਗਾ ਜਦੋਂ ਬਣ ਕੇ ਤਿਆਰ ਹੋਏਗਾ ਤੇ ਪਿੰਡ ਵਾਸੀ ਇਹਦਾ ਸੁੱਖ ਦਾ ਸਾਹ ਲੈ ਸਕਣਗੇ। ਇਸ ਤਰ੍ਹਾਂ ਹੁੰਦਾ ਬਾਰਿਸ਼ ਦਾ ਤੁਹਾਨੂੰ ਦੱਸਿਆ 4 ਜੁਲਾਈ ਤੋਂ ਨੇ, ਇਹਦੇ ਤਹਿਤ ਆਪਣਾ ਮੌਕੇ 'ਤੇ ਕੀ ਪੋਜੀਸ਼ਨ ਹੈਗੀ ਹੈ, ਕਿਉਂਕਿ ਮੌਕੇ 'ਤੇ ਮੌਕਾ ਬੋਲਦਾ ਕਿ ਵੀ ਫਸਲ ਡੁੱਬੀ ਜਾਂ ਨਹੀਂ ਡੁੱਬੀ, ਉਹ ਮੌਕੇ 'ਤੇ ਪਤਾ ਲੱਗਦਾ। ਸੋ ਇਹਦੇ ਤਹਿਤ ਜਿੱਥੇ ਜਿੱਥੇ ਕੋਈ ਪ੍ਰੋਬਲਮ ਰਹੀ ਹੈ ਮੁਆਵਜ਼ਾ ਜੇ ਪੈਂਡਿੰਗ ਪਿਆ ਅਸੀਂ ਮੁਆਵਜ਼ਾ ਵੀ ਦੇ ਦਾਂਗੇ, ਉਹ 'ਚ ਕੋਈ ਸਮੱਸਿਆ ਨਹੀਂ ਆਏਗੀ। ਹੜ੍ਹਾਂ ਵਾਸਤੇ ਤੁਹਾਨੂੰ ਦੱਸਿਆ ਜੀ ਕਿ ਆਪਣਾ ਜਿਵੇਂ ਕਿ ਅੱਗੇ ਪਿੰਡ ਖਾਖਾ ਉੱਥੇ ਖਟਕਾ ਉੱਥੇ ਬ੍ਰੀਚ ਹੋਈ ਹੈ, 2-3 ਥਾਵਾਂ 'ਤੇ ਜੇ ਬ੍ਰੀਚ ਹੋਈ ਹੈ ਉਹ ਅਸੀਂ ਅੱਜ ਨਰੇਗਾ 'ਚੋਂ ਪਲੱਗ ਕਰਾ ਰਹੇ ਹਾਂ। ਉਹ ਤਕਰੀਬਨ ਕਿਸੇ ਥਾਂ 10 ਕਿੱਲੇ 20 ਕਿੱਲੇ ਹੈ, ਉਹ ਸਾਰਾ ਮਸਲਾ ਹੱਲ ਹੋ ਜਾਏਗਾ। ਜਿੱਥੇ ਕਿਸੇ ਕਿਸਾਨ ਵੀਰਾਂ ਦੀ ਕੋਈ ਫਸਲ ਖਰਾਬੀ ਆਈ ਹੈ ਉਹ ਮੁਆਵਜ਼ਾ ਸਰਕਾਰ ਤੋਂ ਦਿੱਤਾ ਜਾਏਗਾ।